ਜਿਹੜੇ ਅਸੀਂ ਗੈਦਰਿੰਗ ਕੀਤੀ ਹੈ ਸਾਡਾ ਪਰਪਸ ਸਿਰਫ ਇਹੀ ਹੈ ਕਿ ਜਿਹੜੇ ਭਰਮ ਹੁੰਦੇ ਆ ਨਾ ਭਰਮ ਦੂਰ ਹੋ ਜਾਣ ਦੇਖੋ ਆਮ ਬੰਦੇ ਨੂੰ ਲੱਗਦਾ ਹੈ ਕਿ ਪਿੱਤੇ ਦੀ ਪੱਥਰੀ ਹੋ ਗਈ ਕਿ ਮੈਂ ਓਪਰੇਸ਼ਨ ਨਾ ਕਰਾਉਂ ਹਰ ਬੰਦਾ ਚਾਹੁੰਦਾ ਮੇਰਾ ਓਪਰੇਸ਼ਨ ਨਾ ਹੋਏ ਹੁਣ ਸਾਡੇ ਕੋਲ ਐਸੇ ਬੰਦੇ ਆਉਂਦੇ ਉਹ ਕਹਿੰਦੇ ਮੈਂ ਇੱਥੋਂ ਦਬਾ ਦਬਾ ਕੇ ਜੇ ਪਿੱਤੇ ਚੋਂ ਪੱਥਰੀ ਅੱਗੇ ਲੈ ਜਾਂ ਤੇ ਨਿਕਲ ਜਾਊਗੀ ਦੇਖੋ ਤੁਸੀਂ ਆਪ ਪ੍ਰੈਕਟੀਕਲੀ ਸੋਚੋ ਇਹ ਛੋਟਾ ਜਿਹਾ ਬੱਚਾ ਹੈ ਸਾਡਾ ਇਹਨੇ ਵੀ ਓਪਰੇਟ ਕਰਵਾਇਆ ਦੇਖੋ ਆਫਟਰ ਆਲ ਜੇ ਕੋਈ ਆਪਸ਼ਨ ਹੁੰਦੀ ਅਸੀਂ ਵੀ ਹਿਊਮਨ ਬੀਂਗ ਹਾਂ ਅਸੀਂ ਇਹਨੂੰ ਉਹ ਆਪਸ਼ਨ ਨਾ ਦਿੰਦੇ ਕਿ ਤੁਸੀਂ ਸਰਜਰੀ ਨਾ ਕਰੋ ਇਹਦੇ ਤੁਸੀਂ ਇਹ ਜਿਹੜੇ ਭਰਮ ਨੇ ਨਾ ਜੀ ਇਹ ਕੋਈ ਸਗੋਂ ਤੁਹਾਡੇ ਆਸ ਪਾਸ ਕੋਈ ਹੁੰਦਾ ਹੈ ਨਾ ਜੀ ਅਸੀਂ ਨਹੀਂ ਕਹਿੰਦੇ ਤੁਸੀਂ ਹਰੇਕ ਨੂੰ ਕੋਲ ਸਾਡੇ ਕੋਲ ਆ ਜਾਓ ਅਸੀਂ ਇਹ ਕਹਿੰਦੇ ਹਾਂ ਤੁਹਾਡੇ ਕੋਈ ਪੇਸ਼ੈਂਟ ਆਉਂਦੇ ਤੁਸੀਂ ਇਹਨੂੰ ਸਹੀ ਰਸਤੇ ਪਾਓ ਉਹਨੂੰ ਦੱਸੋ ਵੀ ਭਾਈ ਇਹਦਾ ਓਪਰੇਸ਼ਨ ਦੇ ਬਗੈਰ ਕੋਈ ਇਲਾਜ ਨਹੀਂ ਹੈ ਇਹਦਾ ਓਪਰੇਸ਼ਨ ਕਰਾ ਲਓ ਔਰ ਜਿੰਨੀ ਜਲਦੀ ਕਰਾ ਸਕਦੇ ਇੱਦਾਂ ਤਾਂ ਵੈਸੇ ਵੀ ਨਹੀਂ ਹੈਗਾ ਕਿ ਆਪਾਂ ਰੋਜ਼ ਪੂੜੀਆਂ ਖਾ ਰਹੇ ਹਾਂ ਕੋਈ ਵੀ ਨਹੀਂ ਖਾਂਦਾ ਨਾਰਮਲੀ ਲੋਕੀ ਤਾਂ ਆਪਾਂ ਰੋਟੀ ਖਾਂਦੇ ਆ ਰੂਟੀਨ ਹੈ ਨਾ ਬਹੁਤ ਕਹਿੰਦੇ ਆ ਨਾ ਵੀ ਜੇ ਪਦੋਰਬੀ ਨਾਲ ਕਰਦੇ ਆ ਸਾਨੂੰ ਵਿਸ਼ਵਾਸ ਨਹੀਂ ਇਹ ਦੁਬਾਰੇ ਬਣ ਜਾਂਦੀਆਂ ਨੇ ਨਹੀਂ ਜਦੋਂ ਪਿੱਤੇ ਹੀ ਕੱਢਤਾ ਤਾਂ ਫਿਰ ਤਾਂ ਕਿੱਥੋਂ ਬਣ ਜਾਣੇ ਆ ਭਾਵੇਂ ਓਪਨ ਭਾਵੇਂ ਲੈਪਰੋਸਕੋਪਿਕ ਭਾਵੇਂ ਦੂਰਬੀਨ ਨਾਲ ਕਰਾਓ ਭਾਵੇਂ ਓਪਨ ਆ ਪ੍ਰੋਸੀਜਰ ਉਹੀ ਆ ਪਰ ਟੈਕਨੀਕ ਹਾਈ ਹੋ ਗਈ ਹੈ ਹੈ ਨਾ ਬੱਚੇ ਦਾ ਕੀ ਆ ਗਾਲਬਲੇਡਰ ਕੋਈ ਕੋਈ ਆ ਕੀ ਏਜ ਆ ਬੱਚੇ 15 ਦੇ ਹੋਣਾ 14 ਦੀ ਸੀ ਜਦੋਂ ਇਹਦੀ ਹੋਈ ਸੀ ਹੈ ਨਾ 3-2 ਸਾਲ ਪਹਿਲਾਂ ਹੋਈ ਸੀ ਦਵਾਈ ਲੈ ਲੈਂਦੇ ਆ ਡਾਕਟਰ ਸਾਨੂੰ ਕਹਿੰਦਾ ਆਪਰੇਸ਼ਨ ਹੋਣਾ ਅਸੀਂ ਘਰ ਜਾ ਕੇ 4 ਜਣਿਆਂ ਤੋਂ ਸਲਾਹ ਲੈਂਦੇ ਆ ਉਹ 'ਚ ਇੱਕ ਜਣਾ ਕਹਿ ਦਿੰਦਾ ਕਿ ਹਾਂ ਤੂੰ ਇੱਥੋਂ ਦੇਸੀ ਦਵਾਈ ਖਾ ਤੇਰਾ ਠੀਕ ਹੋ ਜਾਣਾ ਪਰ ਉਹ ਅੱਜ ਤੱਕ ਕਦੇ ਕਿਸੇ ਦਾ ਠੀਕ ਨਹੀਂ ਹੋਇਆ ਹੈਗਾ ਉਹ ਆਪਾਂ ਦਿੱਕਤ ਨੂੰ ਵਧਾ ਲੈਂਦੇ ਜਦ ਕਿਡਨੀ ਓਪਨ ਕਰਵਾਈ ਹੈ ਹਾਂ ਮੈਂ ਕਿਡਨੀ ਓਪਨ ਦਾ ਜੀ ਕਰਾ ਵੀ ਚੁੱਕੀ ਉਹਦੇ ਵਿੱਚ ਫੇਰ ਵੀ ਬਦਲੀ ਆ ਉਹ ਕਹਿੰਦੇ ਕਿਡਨੀ ਦੇ ਨਾੜਾ ਨਹੀਂ ਹੈ ਤੇ ਵੀ ਉਹਦੇ ਵਿੱਚ ਫਸੀ ਹੋਈ ਆ ਉਹਦਾ ਕੀ ਕਰਨਾ ਕਿਡਨੀ ਸਟੋਨ ਤਾਂ ਰੀਅਕਰ ਹੁੰਦਾ ਰਹਿੰਦਾ ਹੈ ਇਹਦੇ 'ਚ ਤਾਂ ਇਹੀ ਹੁੰਦਾ ਕਿ ਆਪਾਂ ਪਾਣੀ ਜ਼ਿਆਦਾ ਪੀਏ ਤਾਂਕਿ ਕਿਡਨੀ ਬਣੇ ਕਿਡਨੀ 'ਚ ਸਟੋਨ ਹੀ ਨਾ ਬਣੇ ਜਿੰਨੀ ਫਿਲਟਰੇਸ਼ਨ ਹੁੰਦੀ ਰਹੂਗੀ ਨਾ ਜਿੰਨੀ ਵਾਰ ਯੂਰਿਨ ਆਉਂਦਾ ਰਹੂਗਾ ਉਨੀ ਵਾਰ ਆਪਾਂ ਨੂੰ ਦਿੱਕਤ ਨਹੀਂ ਆਊਗੀ Rana Hospital, Sarhan, Punjab. Come with piles, go with smiles.